ਦੋ ਦੇ ਦੋ ਮਿਲੋ ਜੀ ਮਿਲੋ ਬੇਟਾ ਬੋਲੇ ਸੋਨਿਹਾਲ ਆਜੋ ਨਾਲ ਆਓ ਸਾਰੇ ਭਾਜੀ ਬੋਲੇ ਸੋਨਿਹਾਲ ਆਓ ਨਾਲ ਆਓ ਨਾਲ ਸੰਦੀਪ ਸਿੰਘ ਮਹਿਮਾ ਕਵੀਸ਼ਰ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹੈ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਹੈ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ। ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ, ਵੀਰ ਜਗਰੂਪ ਸਿੰਘ ਜੋ UK ਦੀ ਧਰਤੀ 'ਤੇ, ਵੀਰ ਜਗਦੀਪ ਸਿੰਘ ਕਤਰ ਦੀ ਧਰਤੀ 'ਤੇ ਆ, ਵੀਰ ਪਰਮਜੀਤ ਸਿੰਘ ਝੀਤਿਆਂ ਤੋਂ, ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੇ ਝੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੇ ਜਥੇ ਨੂੰ, ਮੈਨੂੰ ਇਕੱਲੇ ਨੂੰ ਨਹੀਂ, ਮੇਰੇ ਸਾਥੀਆਂ ਸਮੇਤ ਵੀਰ ਗੁਰਸ਼ਰਨ ਸਿੰਘ ਕੋਟਖਹਿਰਾ, ਵੀਰ ਸ਼ੇਰ ਸਿੰਘ ਮੇਰੇ ਸਾਥੀ ਨੇ, ਸਾਰੇ ਜਥੇ ਦਾ ਉਹਨਾਂ ਨੇ ਸਨਮਾਨ ਕੀਤਾ ਹੈ। ਅਤੇ ਮੇਰੇ ਇਕੱਲੇ ਜਥੇ ਦਾ ਸਨਮਾਨ ਹੀ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ। ਅਤੇ ਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ, ਉਹਨਾਂ ਵੀਰਾਂ ਦਾ ਧੰਨਵਾਦ ਕਰਦਾ। ਮੇਰਾ ਨਾਂ ਹਰਸਿਮਰਨ ਕੌਰ। ਮੇਰੇ ਪਿਤਾ ਜੀ ਸਾਡੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਸੀਗੀ, ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ, ਅਸੀਂ ਸਾਰੇ ਬੜੇ ਖੁਸ਼ ਸੀਗੇ। ਨਹੀਂ, ਪਹਿਲੇ ਵੀ ਕੀਤਾ ਗਿਆ, ਪਹਿਲਾਂ ਇੱਕ ਵਾਰੀ ਕੈਂਠਾ ਮਿਲਿਆ ਸੀਗਾ ਅਤੇ ਇੱਕ ਵਾਰੀ ਪੈਨ ਮਿਲਿਆ ਸੀਗਾ। ਅਤੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕ ਜਿਹੜੇ ਇੰਨਾ ਮਾਸਕ ਦੇਣ ਲੱਗ ਪਏ ਨੇ ਸਰੀਰ ਨੂੰ ਢੱਡ ਜਿੱਥਿਆਂ ਨੂੰ? ਹਾਂਜੀ, ਕੀ ਕਹਿਣਾ ਚਾਹੋਗੇ? ਇਹ ਕਿ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਸਤਿਕਾਰ ਮਿਲਦਾ, ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਸਾਰਾ ਕੁਛ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਦੇ। ਇਲਾਕੇ ਵਿੱਚ ਕਿੰਨੀ ਖੁਸ਼ੀ ਲੈ ਰਹੇ? ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ। ਤੁਸੀਂ ਵੱਡੇ ਆਪ ਕੀ ਬਣਨਾ ਟਰਾਈ ਕਰ ਰਹੇ? ਹਾਂਜੀ, ਮੈਂ ਵੱਡੇ ਕੋਈ ਡਾਕਟਰ ਬਣਨਾ ਚਾਹੁੰਦੀ ਹਾਂ। ਐਸੈਂਸ਼ਲੀ ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਨੂੰ ਨਾਲ ਹੀ ਰੱਖਣਾ ਚਾਹੁੰਦੇ ਹਾਂ ਆਪਣੇ।